ਵੀਵਰ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਪੰਜਾਬੀ ਤੁੜਕਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁੜਕਾ 'ਚ ਅਸੀਂ ਅੱਜ ਨਵੇਂ ਤਰੀਕੇ ਨਾਲ ਆਟੇ ਦੀ ਬਰਫੀ ਬਣਾਉਣ ਜਾ ਰਹੇ ਹਾਂ ਥੋੜ੍ਹਾ ਜਿਹਾ ਡਰਾਈ ਫਰੂਟ 3 ਚਮਚੇ ਅਸੀਂ ਆਟੇ ਦੇ ਲਿਆ ਆਟਾ ਅਸੀਂ 3-4 ਵਾਰੀ ਛਾਣ ਲਿਆ ਇਸ ਚਾਸ਼ਨੀ ਵੀ ਨਹੀਂ ਬਣਾ ਕੋਲੀ ਅਸੀਂ ਪਾਣੀ ਦੇ ਲਿਆ ਇਸ ਦੇ ਵਿੱਚ ਹੀ ਪਾ ਦਿਆਂ 2 ਚਮਚੇ ਅਸੀਂ ਖੰਡ ਦੇ 3 ਚਮਚੇ ਅਸੀਂ ਘੇ ਦੇ ਲਿਆ ਇਸ ਆਟੇ ਨੂੰ ਭੁੰਨਣ ਲਿਆ ਆਟਾ ਅਸੀਂ ਭੁੰਨਣ ਵਾ ਮਹਿਕ ਆਉਣ ਤੱਕ ਪਕਾਉਣਾ ਸੀ ਮਹਿਕ ਆਉਂਦੀ ਪਈ ਹੈ ਇਸ 'ਚ ਅਸੀਂ ਖੰਡ ਪਾ ਦਿੱਤੀ ਇਸ ਨੂੰ ਅਸੀਂ ਮਿਕਸ ਕਰਾਂ ਕੋਲੀ ਵਾਲਾ ਪਾਣੀ ਅਸੀਂ ਪਾ ਦਿੱਤਾ ਹੁਣ ਇਸ ਨੂੰ ਮਿਕਸ ਕਰਾਂਗੇ 2 ਮਿੰਟ ਹੋਰ ਪਕਾਵਾਂਗੇ ਬੈਟਰ ਬਣ ਕੇ ਸਾਡਾ ਤਿਆਰ ਹੁਣ ਇਸ ਨੂੰ ਇੱਕ ਥਾਲੀ ਵਿੱਚ ਅਸੀਂ ਤੇਲ ਘੇ ਲਾਤਾ ਇਸ ਵਿੱਚ ਬੈਟਰ ਹੁਣ ਅਸੀਂ ਇਸਨੂੰ 5 ਮਿੰਟ ਠਹਿਰ ਕੇ ਕੱਟਾਂਗੇ ਅਸੀਂ ਤਿਆਰ ਕਰ ਲਈ ਇਹ ਬਰਫੀ ਖਾਓਗੇ ਤਾਂ ਮੂੰਹ ਵਿੱਚ ਘੁਲ ਜਾ ਗਈ ਇੱਦਾਂ ਦੀ ਬਰਫੀ ਬਣਾਈ ਅਸੀਂ ਆਟੇ ਦੀ ਇਹ ਦੇਖੋ ਬਹੁਤ ਸੋਹਣੀ ਬਣੀ ਆ ਬਹੁਤ ਅੱਛੀ ਬਣੀ ਆ ਮਿਲਕ ਕੇਕ ਇੱਦਾਂ ਬਣਦਾ ਉੱਦਾਂ ਦੀ ਬਣੀ ਤੁਸੀਂ ਵੀ ਘਰ ਵਿੱਚ ਬਣਾਓ ਓਕੇ ਬਾਏ ਟੇਕ ਕੇਅਰ